ਜ਼ਿਲ੍ਹੇ ਲੁਧਿਆਣੇ ਭੜੀ ਦੇ ਕੋਟਲੇ ਸਰਦਾਰ ਜੀਵਨ ਸਿੰਘ ਗਿੱਲ ਵਾਲਾ ਪੁੱਤਰ ਦੇਖੋ ਸਾਹਮਣੇ ਰੇਡ ਪਾ ਕੇ ਪੈਂਟ ਵਾਪਸ ਲੈ ਗਿਆ। ਉਧਰ ਭੂਰੀ ਦੇ ਜੀਵਨ ਦੀਆਂ ਰੇਡਾਂ ਤੇ 100-100 ਦਰਾਮ ਜਿੱਥੇ ਸਹਿਜਵਾਲ ਟਰਾਂਸਪੋਰਟ ਅਤੇ ਗਗਨ ਖਾਲਸਾ ਜੀ ਦੇ ਵੱਲੋਂ ਇਹ 100-100 ਦਰਾਮ ਜਿਹੜੇ ਮਾਣ ਸਨਮਾਨ ਦਿੱਤੇ ਜਾਣਗੇ। ਵੱਡੇ ਮਾਣ ਤੇ ਸਨਮਾਨ ਪੰਜਾਬ ਸਤਲੁਜ ਟਰਾਂਸਪੋਰਟ ਸਾਡੇ ਵੀਰ ਨੇ ਔਰ ਖੂਬ ਰੋਣੀ ਉਹਨਾਂ ਵੀਰਾਂ ਵੱਲੋਂ ਵੱਡੇ ਮਾਣ ਦਿੱਤੇ ਜਾਣਗੇ। ਲਓ ਕਿਵੇਂ ਧਨੌਲੇ ਵਾਲੇ ਕਾਲੇ ਦੀ ਕਬੱਡੀ ਪੈ ਰਹੀ ਹੈ, ਫਰਿਆਦ ਜੱਸਾ ਲਾਵੇ ਤੇ ਕੁਲਦੀਪ ਚੰਡਾ ਜੀ ਉਹਦਾ ਸੁੱਖਾ ਸੰਦਰ ਉਹਨਾਂ ਵੱਲੋਂ ਵੱਡੇ ਮਾਣ ਤੇ ਪਿਆਰ ਦਿੱਤੇ ਜਾਣਗੇ। ਲਓ ਸਾਹਮਣੇ ਨੰਬਰ ਜਿਹੜਾ ਹੈ ਰੇਡਰ ਦੇ ਹਿੱਸੇ ਜੁੜਦਾ ਹੋਇਆ ਜਗਦੀਪ ਟਾਲੋ ਸਾਡਾ ਵੀਰ ਹੈ, ਉਧਰ ਅਮਰਜੀਤ ਸਿੰਘ ਟਾਲੋ ਨੇ ਧਾਰੀ ਮਾਰੀ ਹੈ ਵੀ ਪੁੱਤ ਦਾ ਪਿਆਰ ਹੈ ਵੱਡੇ ਮੱਲਾਂ ਦੇ ਨਾਲ। ਜਗਦੀਪ ਟਾਲੋ ਹੈ ਮੱਕੜ ਸਿੱਧੂ ਗੱਲਾਂ ਕਰਦਾ ਹੁੰਦਾ ਹੈ ਵੀ ਮੁੰਡੇ ਦੇ ਵਿੱਚ ਅਮਰੀਕ ਨਿਮਰਤਾ ਬਹੁਤ ਹੈ, ਇਹ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਇੱਧਰ ਕਿਵੇਂ ਰੇਡ ਹੋ ਸਾਹਮਣੇ ਦੇਖਾਂਗੇ ਵੀ ਨੰਬਰ ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ, ਇੱਧਰ ਕਿਵੇਂ ਰਵੀ ਵੀ ਰੇਡ ਬਕਰਾਲੀ ਸਾਹਿਬ ਆ ਜਾਓ ਉੱਥੇ ਹੀ ਫੇਰ ਨਾ ਦਿਓਰੇ ਵਾਲਾ ਰਵੀ ਅਗਲੀ ਰੇਡ ਪਾਉਣ ਲਈ ਮੈਦਾਨ ਦੇ ਵਿੱਚ ਫਿਰ ਤਿਆਰ ਬਰ ਤਿਆਰ ਹੈ। 100-100 ਦਰਾਮ ਜਿੱਥੇ ਜੀਵਨ ਦੇ ਉੱਧਰ ਭੂਰੀ ਤੇ ਲੱਗਾ ਹੋਇਆ ਹੈ। ਟਰਾਂਸਟਿਕ ਟਰਾਂਸਪੋਰਟ ਦੇ ਸਾਡੇ ਸੁਖਜਿੰਦਰ ਰਿਆੜ ਦੇ ਨਾਲ ਐਡਵਾਂਸ ਮੂਵਰਸ ਦੇ ਕਾਬਲ ਰਿਆੜ ਉਹਨਾਂ ਦੀ ਟੀਮ ਹੈ ਜਿਹੜੀ ਭਗਵਾਨਪੁਰ ਬਾਰੀਅਰਸ ਦੀ ਟੀਮ ਹੈ। ਔਰ ਦੂਜੇ ਪਾਸੇ ਕੁਵੇਤ ਕਬੱਡੀ ਕਿੰਗਸ ਜਗਦੀਪ ਕਾਲੋ ਉਹਨਾਂ ਦੇ ਸਤਿਕਾਰਯੋਗ ਪਿਤਾ ਸਰਦਾਰ ਅਮਰਜੀਤ ਸਿੰਘ ਜੀ ਕਾਲੋ ਉਹਨਾਂ ਦੀ ਟੀਮ ਹੈ। ਪਿਛਲੇ ਸਾਲ ਵੀ ਬਹੁਤ ਵੱਡੇ ਪੰਜ ਦੀ ਟੀਮ ਬਣਾਈ, ਇਸ ਵਾਰੇ ਵੀ ਵੱਡੀ ਟੀਮ ਬਣਾਈ ਹੋਈ ਹੈ। ਨਾ ਦਿਓਰੇ ਵਾਲਾ ਰਵੀ ਰੇਡ ਪਾ ਰਿਹਾ ਹੈ, ਇਹ ਹੈ ਦਿਓਰੇ ਦੀ ਧਰਤੀ ਦਾ ਹਰਿਆਣੇ ਵਾਲਾ ਰਵੀ। ਇੱਕ ਪਾਸੇ ਸ਼ਰਨਾ ਏ ਡੱਕੋ ਰਵਾਣੇ ਵਾਲਾ, ਆਹ ਡੱਕੋ ਰਵਾਣੇ ਦਾ ਸ਼ਰਨਾ ਰਵੀ ਨੂੰ ਨਹੀਂ ਰੋਕ ਸਕਿਆ ਕਿ ਫੁੱਲ ਪੈਰ ਸਰੀਰਾਂ ਦੇ ਜਿਹਨਾਂ ਲਾਈਆਂ ਮਿਹਨਤਾਂ ਉੱਠ ਕੇ ਕਿ ਧਨ ਜ਼ੋਰ ਜਵਾਨੀ ਦਾ ਲੈ ਜਾਣ ਭਰਿਆ ਮੇਲਾ ਲੁੱਟ ਕੇ ਇਹ ਅੜੀਅਲ ਘੋੜੇ ਦੇ ਕਰ ਹੀ ਜਾਂਦੇ ਨੇ ਮਨਮਾਨੀ। ਰਾਜੇ ਖੇਲੇ ਹੱਟ ਪਿੱਛੇ ਲੁੱਟੀਆਂ ਪਾਉਂਦੀ ਫਿਰੇ ਜਵਾਨੀ, ਰਾਜੇ ਖੇਲੇ ਹੱਟ ਪਿੱਛੇ ਲੁੱਟੀਆਂ ਪਾਉਂਦੀ ਫਿਰੇ ਜਵਾਨੀ। ਲਓ ਕਹਿੰਦੇ ਭੂਰੀ ਦੀ ਕਬੱਡੀ ਪੈ ਰਹੀ ਹੈ, ਇੱਧਰ ਚਾਰ ਨੇ ਆਓ ਸਾਹਮਣੇ, ਇਹ ਕਹਿੰਦੇ ਚੋੜਾ ਸੁਰਖਪੁਰੀਆ ਆਓ ਚੋੜਾ ਸੁਰਖਪੁਰੀਆ। ਉਧਰ ਅਮਰਜੀਤ ਕਾਲੋ ਨੇ ਵੀ ਕਹਿੰਦੇ ਭੰਗੜਾ ਹੀ ਪਾਤਾ, ਆਓ ਅਮਰਜੀਤ ਕਾਲੋ ਨੇ ਵੀ ਕਹਿੰਦੇ ਭੰਗੜਾ ਹੀ ਪਾਤਾ ਵੀ ਮੁੰਡੇ ਨੂੰ ਕਮਾਲ ਕਰ ਦਿੱਤੀ ਹੈ। ਦੂਜੇ ਪਾਸੇ ਕਹਿੰਦੇ ਕੁਹਾਰ ਸਾਹਿਬ ਉਹਨਾਂ ਦੀ ਜਿਹੜੀ ਵੱਡੀ ਖੇਡ ਕਲੱਬ ਉਹਦੇ ਭਗਵਾਨਪੁਰ ਦਾ ਨਾਂ ਵੱਡਾ, ਉਦੋਂ ਢੈਬੀ ਵਾਲਾ ਭਰਾ ਸਾਡਾ ਆਓ ਦਿਲੋਂ ਧੰਨਵਾਦ ਹੈ ਸਾਰੇ ਵੀਰਾਂ ਦਾ, ਉਹਦੇ ਟੀਮਾਂ ਵੱਡੇ ਬੈਠਦੀਆਂ ਨੇ ਆਓ ਸਾਹਮਣੇ ਦੇਖਾਂਗੇ। ਉਹ ਚੱਕੀ ਆਏ ਉਹ ਚੱਕੀ ਆ ਕਹਿੰਦੇ ਜਿਹਦਾ ਆਰਮੇ ਤੇ ਪਿੰਡਾਂ ਦੇ ਕੋਰੇ ਪਿੰਡਾਂ, ਇਹ ਆ ਜੱਬੂ ਕਹਿੰਦੇ ਹਾਕਮ ਵਾਲੀਆ, ਇਹ ਆ ਜੱਬੂ ਹਾਕਮ ਵਾਲੀਆ, ਇਹ ਕਹਿੰਦੇ ਆਰਮੇ ਦੇ ਪਿੰਡਾਂ ਦਾ ਹੈ, ਇਹ ਆਰਮੇ ਦੇ ਪਿੰਡਾਂ ਦਾ ਉਹ ਜੀਵਨ ਉਹ ਜੀਵਨ ਫੇਰ ਆ ਗਿਆ ਜੀਵਨ ਰਾਜਾ ਵੇਖੋ ਪੱਧਰੀ ਵਾਲਾ ਨਹੀਂ ਰੁਕ ਸਕਿਆ ਇਸ ਨੌਜਵਾਨ ਨੂੰ, ਇਹ ਹੈ ਰਾਜਪੂ, ਇਹ ਹੈ ਨੌਜਵਾਨ ਰਾਜੂ ਮੈਦਾਨ ਦੇ ਵਿੱਚ ਰੇਡ ਪਾ ਰਿਹਾ ਹੈ, ਜਿਹਦਾ ਦਾਦਾ ਕਹਿੰਦੇ ਸੁਰਜੀਤ ਸਿੰਘ ਮਿਲਖਾ ਸਿੰਘ ਦੇ ਨਾਲ ਦੌੜਦਾ ਰਿਹਾ। ਪਰ ਦੂਜੇ ਪਾਸੇ ਇੰਦਰਜੀਤ ਕਲਸੀਆਂ ਵਾਲਾ, ਆਓ ਕਲਸੀਆਂ ਵਾਲਾ ਇੰਦਰਜੀਤ, ਇੰਦਰਜੀਤ ਕਲਸੀਆਂ ਵਾਲਾ ਤਕੜਾ ਜੱਫਾ ਲਾਉਣ ਦੇ ਸਮੇਂ ਜਦੋਂ ਜੈਨ ਕਰ ਰਿਹਾ, ਹੋ ਗਈ ਬੱਲੇ ਬੱਲੇ ਤੇ ਤਾੜੀ ਜ਼ੋਰਦਾਰ ਮਾਰ ਦਿਓ ਇੰਦਰਜੀਤ ਕਲਸੀਆਂ ਮੇਰੇ ਧੌਮ ਵੱਲੋਂ, ਸਾਧ ਰਾਮ ਹੋਰ ਪੁੱਜਿਆ ਅਮਰੀਕ ਕਰ ਗੱਲ।
ਲਾਉਕੇ ਦੇ ਕਮਾਲ ਹੁੰਦੀ ਹੋਈ ਇੱਧਰ ਰੇਂਗੂ ਖਰੇਟੇ ਵੀ ਕਬੱਡੀ ਪੈ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਦੁਨੀਆ ਬਹੁਤ ਪਿਆਰ ਕਰਦੀ ਹੈ ਹਰਵਿੰਦਰ ਕਹਿੰਦੇ ਨਥਾੜੇ ਵਾਲੇ ਨੇ ਗੱਲ ਕੀਤੀ ਸੀ ਕਿ ਤਾਲੇ ਜਿਹੜੇ ਆਖਣ ਦੇ ਸਾਬਣ ਦੀ ਝੱਗ ਬੱਧੂ ਪੈਂਦੇ ਨੇ ਖੇਰੇ ਹਕੂਮਤਾਂ ਨੂੰ ਪੈਂਦੇ ਨੇ ਹੁਕਮ ਸੁਣਦੇ ਤੇ ਜੱਜ ਦੀ ਜ਼ਮਾਨਤਾਂ ਮੈਂ ਲੈਂਦੇ ਨੇ ਖੇਰੇ ਅਗਲੀ ਰੇਡ ਪਾਉਣੀ ਧਨਾਲੇ ਵਾਲਾ ਕਾਲਾ ਜਿਹੜਾ ਆਸਟ੍ਰੇਲੀਆ ਦੇ ਪਨਵੇਂ ਕਬੱਡੀ ਕੱਪ ਦਾ ਬੈਸਟ ਬਣਿਆ ਕਿ ਚੱਲ ਕਾਲਿਆ ਧਨੌਲੇ ਪਿੰਡ ਵਾਲਿਆ ਕਿ ਮੁੱਲ ਅੱਜ ਪੈਣਾ ਮੋੜਨਾ ਕਿ ਵੀ ਕੇ ਜੋਲ ਨੇ ਸਕੀਮਾਂ ਤੈਨੂੰ ਦੱਸੀਆਂ ਕਿ ਕਿੱਥੇ ਕਿੱਥੇ ਟੱਚ ਮਾਰਨਾ ਕਿਸੇ ਨੂੰ ਤਾਂ ਗਿਆ ਵਤਨਾ ਦੀ ਕਿ ਤੇਰੀਆਂ ਗੱਲ ਰੱਖੜੀਆਂ ਭੈਣਾਂ ਦੀਆਂ ਰੱਖੜੀਆਂ ਇਹ ਧੂੜ ਕੋਟੀਏ ਨੂੰ ਸਭ ਚੇਤੇ ਆਉਂਦੇ ਨੇ ਜਦੋਂ ਸੂਰਜ ਡੁੱਬ ਜਾਂਦਾ ਅਗਲੀ ਰੋਡ ਰਵੀ ਵੀ ਪੈ ਰਹੀ ਹੈ ਰਵੀ ਚੋਰੇ ਵਾਲਾ ਕਹਿੰਦੇ ਕਬੱਡੀ ਟਾਊਟ ਦੇ ਵੀ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕਿ ਲਾ ਕੇ ਪਰਸੀਨ ਕਦੋਂ ਉੱਗਦੀਆਂ ਮੱਕੀਆਂ ਨੇ ਨਵੇਂ ਦੀ ਸੋਚ ਵਾਲੇ ਕਰਦੇ ਤਰੱਕੀਆਂ ਨੇ ਲਾਲਚ ਦੇ ਕੀੜੇ ਜਿਹੜੇ ਖੋਪੜੀ ਚ ਪਾਲਦੇ ਬੰਦੇ ਇੱਕ ਦਿਨ ਉਹੀ ਪਰਚਾਈ ਹੁੰਦੇ ਨੇ ਸਤਾਰ ਵੱਲੋਂ ਲੈ ਕੇ ਵੀਰੇ ਟੁੱਟੀ ਨੇ ਦਾ ਅੱਧ ਸਾਲ ਸਭ ਨਾਲੇ ਜ਼ਿੰਦਗੀ ਦੇ ਭਾਈ ਹੁੰਦੇ ਨੇ ਨਾ ਜੀਵਨ ਆ ਗਿਆ ਜੀਵਨ ਨੇ ਕਹਿੰਦੇ ਵੀ ਮੇਲਾ ਲੁੱਟਣ ਵਾਲੀ ਗੱਲ ਕੀਤੀ ਹੋਈ ਹੈ ਜਦੋਂ ਅਮਰੀਕਾ ਦੇ ਫੇਰ ਉਹਦਾ ਕਬੱਡੀ ਕੱਪ ਹੋਇਆ ਦੁਨੀਆ ਦੇ ਵਿੱਚ ਗੱਲਾਂ ਹੋਈਆਂ ਪਰ ਅੱਜ ਦੁਬਈ ਦਾ ਕਬੱਡੀ ਕੱਪ ਹੈ ਤੇ ਦੁਨੀਆ ਜੀਵਨ ਨੂੰ ਪਿਆਰ ਕਰਦੀ ਹੈ ਤੇ ਦੁਨੀਆ ਜੀਵਨ ਦੇ ਲਈ ਐਨ ਕੋਈ ਲਲਕਰੇ ਮਾਰ ਰਿਹਾ